ਦੋਸਤੋ ਅੱਜ ਨਾ ਕੋੜਿਆਂ ਵਾਲੀ ਮਾਰਕੀਟ 'ਚ ਇੱਕ ਨਵਾਂ ਬੱਚਾ ਉਤਰਨ ਜਾ ਰਿਹਾ ਤੇ ਬੱਚਾ ਤੁਸੀਂ ਦੇਖੋ ਫਿਰ ਦੇਖ ਕੇ ਤੁਸੀਂ ਆਪ ਹੀ ਮੰਨੋਗੇ ਤੇ ਅੱਜ ਆਪਾਂ ਪਿੰਡ ਬੈਠੇ ਹਾਂ ਗੁਰੂ ਸਰ ਜਗਾ ਬਿਲਕੁਲ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ ਉਹਦੇ ਨਾਲ ਹੀ ਪਿੰਡ ਆ ਜਿਹੜੀ ਜਗਤਵਿੰਦਰਾ ਕਾਲਜ ਕੋਲ ਦੀ ਰੋਡ ਆਉਂਦੀ ਆ ਉਹ ਸਿੱਧੀ ਗੁਰੂ ਸਰਪਿੰਡ ਨੂੰ ਹੀ ਆਉਂਦੀ ਆ ਤੇ ਆਪਣੇ ਨਾਲ ਬਾਈ ਸੁਖਵੀਰ ਆ son of ਜਗਸੀਰ ਸਿੰਘ ਬਾਈ ਦੇ ਸਵਰਗਵਾਸੀ ਪਿਤਾ ਜੀ ਦਾ ਨਾਮ ਆ ਤੇ ਬਹੁਤ ਬਹੁਤ ਸਵਾਗਤ ਆ ਬਾਈ ਸਾਰੇ ਭਰਾਵਾਂ ਦਾ ਜਿੰਨੇ ਵੀ ਪਹੁੰਚੇ ਨੇ ਜੀ ਬਹੁਤ ਬਹੁਤ ਸਵਾਗਤ ਆਪਣੇ ਚੈਨ ਤੇ ਤੇ ਵੱਡੇ ਭਾਈ ਜੀ ਗੱਲ ਕਰੀਏ ਜਾਨਵਰਾਂ ਦੀ ਸ਼ੌਂਕ ਦੀ ਤਾਂ ਕਿੰਨਾ ਟਾਈਮ ਹੋ ਗਿਆ ਬਾਈ ਆਪਾਂ ਨੂੰ ਰੱਖਣ ਲੱਗੇ ਨੇ ਬਾਈ ਜੀ ਆਪਾਂ 2021 ਦੇ ਵਿੱਚ ਪਹਿਲੀ ਘੋੜੀ ਲੱਕੀ ਹੈ ਅੱਛਾ ਬਾਈ ਹਾਂਜੀ ਉਸੇ ਘੋੜੀ ਦਾ ਇਹ ਬੱਚਾ ਜੀ ਹੂੰ ਮਤਲਬ ਬਾਈ ਇੱਕ ਇੱਕ ਦੋਸਤੋ ਇਹ ਵੀ ਬੜਾ ੜਾ ਰਿਕਾਰਡ ਪੈਦਾ ਹੋਇਆ ਕਿਉਂਕਿ ਜਿਹੜੀ ਪਹਿਲੀ ਘੋੜੀ ਲਈ ਆ ਬਾਈ ਨੇ ਪਹਿਲੀ ਘੋੜੀ ਨੇ ਬੱਚਾ ਦਿੱਤਾ ਤੇ ਉਹੀ ਬੱਚਾ ਮਤਲਬ ਇੰਨਾ ਖੂਬਸੂਰਤ ਤੇ ਐਡਾ ਘੈਂਟ ਤਿਆਰ ਹੋਇਆ ਨਾ ਹੱਦੋਂ ਪਰ ਬਾਈ ਪਹਿਲਾ ਬੱਚਾ ਸੀ ਹਾਂਜੀ ਪਹਿਲਾ ਘੋੜੀ ਬਾਈ ਤੁਸੀਂ ਗੱਭਨ ਲਈ ਸੀ ਹਾਂਜੀ ਭਾਈ ਜੀ ਇਹ ਕੁੜੀ ਆਪਾਂ ਗੱਭਣ ਲਈਤੀ ਸੀਗੀ ਜੀ ਠੀਕ ਹੈ ਭਾਈ ਹਾਂਜੀ ਤੇ ਲੈਦੀ ਕਿਹੜੀ ਜਗ੍ਹਾ ਤੁਸੀਂ ਕੋਈ ਭਾਈ ਜੀ ਇਹ ਕੁੜੀ ਆਪਾਂ ਮਨਪ੍ਰੀਤ ਸਿੰਘ ਖੇਮਵਾਨਾ ਹੂੰ ਉਹਨਾਂ ਨੇ ਆਪਾਂ ਨੂੰ ਗਿਫਟ ਕਰੀ ਸੀਗੀ ਅੱਛਾ ਭਾਈ ਉਹਨਾਂ ਨੇ ਮੀਟ ਕਰਵਾਈ ਸੀਗੀ ਜਿਉਂਨੇ ਤੋਂ ਹੂੰ ਉਹਨਾਂ ਤੋਂ ਆਪਾਂ ਲੈ ਲਈ ਠੀਕ ਹੈ ਭਾਈ ਹਾਂਜੀ ਤੇ ਉਦੋਂ ਮੰਨ ਲਨ ਕਿ ਚਲੋ ਸੀਗੀ ਭਾਈ 7-8 ਮਹੀਨੇ ਦੀ ਗੱਭਣ ਹਾਂਜੀ 6-7 ਮਹੀਨੇ ਗੱਭਣ ਸੀਗੀ ਜੀ ਉਸ ਟਾਈਮ ਹੂੰ ਤੇ ਫਿਰ ਭਾਈ ਬੱਚੇ ਜ਼ਿਆਦਾਤਰ ਜਿਵੇਂ ਹੁਣ ਕੁੜੀਆਂ ਬਸ਼ੀਰੇ ਦੇ ਦੇ ਦਿੰਦੀਆਂ ਨੇ ਤਾਂ ਬਚੇਰੇ ਬੰਦੇ ਰੱਖਦੇ ਬਹੁ ਘਟਾ ਕਿਉਂਕਿ ਪਤਾ ਨਹੀਂ ਹੁੰਦਾ ਵੀ ਇਹ ਬੀ ਬਣੂਗਾ ਕਿ ਨਹੀਂ ਬਣੂਗਾ ਤੇ ਥੋੜਾ ਫਿਰ ਬੱਚਾ ਰੱਖਣ ਦਾ ਕਿਵੇਂ ਸੁਭ ਬਣ ਗਿਆ ਬਸ ਇੱਕ ਤਾਂ ਜੀ ਕੰਮ ਨਵਾਂ ਸੀਗਾ ਮਨ ਦੇ ਵਿੱਚ ਸੌਂਕ ਸੀਗਾ ਜੀ ਆਪਾਂ ਘੋੜਾ ਰੱਖਣਾ ਠੀਕ ਹੈ ਬਈ ਬਾਕੀ ਇੱਥੇ ਆਪਣੇ ਹੋਰ ਸੀਗੇ ਸਾਡੇ ਤਾਂ ਆਏ ਸੀਗੇ ਪੁਰਾਣੇ ਘੋੜੀਆਂ ਰੱਖਦੇ ਹੂੰ ਉਹਨਾਂ ਨੇ ਜਦੋਂ ਵੇਖਿਆ ਜੀ ਉਹ ਕਹਿੰਦੇ ਬਹੁਤ ਚੰਗਾ ਹੈ ਹੂੰ ਇਸ ਕਰਕੇ ਅਸੀਂ ਬਸ ਰੱਖ ਲਿਆ ਜੀ ਤਿਆਰ ਕਰ ਲਿਆ ਜੀ ਦੇਖਣ ਵਾਲੇ ਭਰਾਵਾਂ ਨੇ ਜਦੋਂ ਗਾਨੇ ਜਦੋਂ ਕਿਹਾ ਵੀ ਬੱਚਾ ਸੋਹਣਾ ਲੱਗਦਾ ਰੱਖੀ ਉੱਥੋਂ ਮਨ ਬਣ ਗਿਆ ਤੇ ਉਦੋਂ ਬਈ ਫਿਰ ਸਿੰਗਲ ਕੁੜੀ ਲੈਂਦੀ ਸੀਗੀ 2021 ਚ ਤੇ ਇਹ ਬਈ ਫਿਰ ਕਿਹੜੇ ਕਿਹੜੀ ਲਾਈਨ ਚ ਕਿਹੜੀ ਚ ਹੋ ਗਿਆ ਭਾਪ ਪਰੋਲ ਪਾਸਾ ਕਿਹੜਾ ਪਿਓ ਵਾਲਾ ਪਾਸਾ ਬਈ ਜੀ ਜਿਉਣੇ ਘੋੜੇ ਦਾ ਜੀ ਠੀਕ ਹੈ ਬਈ ਜੀ ਜੇ ਆਪਾਂ ਦੇਖੀਏ ਇਹਦੇ ਪਿੱਛੇ ਜੀ ਤਿੰਨ ਵੱਡੇ ਘੋੜੇ ਖੜੇ ਆ ਜੀ ਹੂੰ ਇਹਨਾਂ ਦਾ ਦਾਦਾ ਹੋ ਗਿਆ ਜੀ ਚੇਤ ਘੱਲਾਂ ਵਾਲਾ ਹੀ ਹਾਂ ਹਾਂ ਬਈ ਪਰਦਾਦਾ ਜੀ ਪਿੱਛੇ ਭਾਗਸਰਾ ਸੁਲਤਾਨ ਵੱਡਾ ਘੋੜਾ ਜਰਾ ਜੀ ਕੋਲ ਆ ਜੀ ਸਾਰੇ ਬਸੇ ਬੰਦੋ ਖਾਨਦਾਨ ਤਾਂ ਪੂਰਾ ਚੰਗੀ ਚੰਗਾ ਗਾ ਮਾਣ ਨਾਲ ਪਸਾ ਬਈ ਮਾਣ ਨਾਲ ਪਸਾ ਆਈ ਸਾਲੀ ਆ ਲੈਣਾ ਜੀ ਮਾ ਸਾਲੀ ਵਾਲੀ ਲੈਣ ਤੋਂ ਹਾਂਜੀ ਦੋਨੇ ਨਿਉਆ ਜਿਹੜੀਆਂ ਮਜ਼ਬੂਤ ਨੇ ਹਾਂਜੀ ਹਨਾ ਜੇ ਆਪਾਂ ਜੜ ਪੱਖੋਂ ਦੇਖੀ ਤਾਂ ਜਣਾ ਚੰਗੀਆਂ ਨੇ ਬਾਈ ਜੀ ਇੱਕ ਗੱਲ ਹੋਰ ਮੇਨ ਇਹਦੇ ਵਿੱਚ ਇਹ ਹੈ ਵੀ ਇਹਦੇ ਕੋਈ ਚੰਬਾ ਕੋਈ ਲਵੇ ਤਵੇ ਵੀ ਨਹੀਂ ਖਾਨਦਾਨ ਸਾਰਾ ਨੁਕਰਾ ਜੀ ਹੂੰ ਕਿਉਂ ਉਧਰੋਂ ਵੀ ਸਾਲੀ ਵਾਲੇ ਬਸੇ ਨੁਕਰਾ ਆ ਗਿਆ ਮਾਂ ਵੀ ਨੁਕਰੀ ਆ ਹਾਂਜੀ ਤੇ ਬਾਕੀ ਇਧਰ ਤਾਂ ਹੈ ਹੀ ਕਿਉਂ ਵਾਲਾ ਪਸਪ ਸਾਰੇ ਸਿਰਿਆਂ ਵਾਲਾ ਹਾਂਜੀ ਹਾਂਜੀ ਤੇ ਬਾਈ ਕਿੰਨੇ ਅੱਜ ਸਹੀ ਕਿੰਨੇ ਟਾਈਮ ਦਾ ਹੋਊਗਾ ਬੱਚਾ ਆਪਣਾ ਬਾਈ ਜੀ 29 ਮਹੀਨੇ ਦਾ ਹੋਗਾ ਜੀ ਹਲੇ 29 ਮਹੀਨੇ ਦਾ ਜੀ ਬਾਈ ਹੂੰ ਫਿਰ ਤਾਂਲੇ ਟੂਪੀਆਂ ਵੀ ਨਹੀਂ ਲਾਹਾਂਗਾ ਬਸ ਸ਼ੁਰੂ ਜੇ ਕਰਦਾ ਜੀ ਹੂੰ ਠੀਕ ਹੈ ਬਾਈ ਹਾਂਜੀ ਤੇ ਵੱਡੇ ਭਾਈ ਨਾਂ ਕੀ ਰੱਖਤਾ ਫਿਰ ਨਾਮ ਪੋਰਸ਼ਾ ਜੀ ਨਾਮ ਵੀ ਬੜਾ ਸੋਹਣਾ ਬਈ ਜਚਾ ਕੇ ਰੱਖਿਆ ਪੂਰ ਸਾਹਿਬ ਹਾਂਜੀ ਹੂੰ ਬਹੁਤ ਸੋਹਣਾ ਨਾਮ ਆ ਤੇ ਬਾਕੀ ਦੋਸਤੋ ਜੇ ਗੱਲ ਕਰਕੇ ਬਸ਼ੇਰੇ ਦੀ ਤਾਂ ਬਸ਼ੇਰਾ ਤਾਂ ਸੋਹਣਾ ਹੈ ਹੀ ਹੈ ਕਿਉਂਕਿ ਬਈ ਗੁਲਾਬੀ ਪਣ ਬਹੁਤ ਜ਼ਿਆਦਾ ਹਾਂਜੀ ਲਬੀਪਨ ਬਹੁਤ ਹੈ ਜਿਹੜਾ ਨਾਮ ਰੱਖਿਆ ਜੀ ਇਹ ਮੇਰੇ ਬੇਟੇ ਰੱਖਿਆ ਜੀ ਅੱਛਾ ਬਈ ਉਹ ਬੀੜੀ ਬੁੜੀਓ ਦੇਖਦੇ ਸੀਗੇ ਉਹਨਾਂ ਨੇ ਸਿਲੈਕਟ ਕਰਿਆ ਇਹਨਾਂ ਨੇ ਪਹਿਲਾਂ ਹੀ ਰੱਖ ਲਿਆ ਸੀਗਾ ਵੀ ਆਪਾਂ ਐ ਕਰਕੇ ਬਹੁ ਦਿੱਤਾ ਆਪੇ ਨਾਮ ਪੋਰਸ ਰੱਖਣਾ ਜੀ ਅੱਛਾ ਮਤਲਬ ਕੁੜੀ ਸੁਣ ਤੋਂ ਪਹਿਲਾਂ ਹੀ ਪਹਿਲਾਂ ਸਿਲੈਕਟ ਕਰਿਆ ਹੋਇਆ ਸੀਗਾ ਜੀ ਹੂੰ ਮਤਲਬ ਬੱਚਿਆਂ ਦੀ ਮਨ ਸੀ ਵੀ ਬਸ਼ੇਰਾ ਹੋਵੇ ਹਾਂਜੀ ਨਹੀਂ ਆਪਾਂ ਨੂੰ ਦਿਲ ਨੂੰ ਆਪਾਂ ਨੂੰ ਚਾਹਤ ਹੁੰਦੀ ਆ ਵੀ ਕੁੜੀ ਆਪਾਂ ਪਹਿਲੀ ਕੁੜੀ ਲਈ ਆ ਤੇ ਬਸ਼ੇਰੀ ਪਸ਼ੂਰੀ ਦੇਵੇ ਹਨਾ ਵੀ ਚਲੋ ਗਾਂ ਕੁੜੀ ਤਿਆਰ ਹੋ ਜੂਗੀ ਹਨਾ ਤੇ ਪਹਿਲਾਂ ਵੀ ਮੰਨ ਕੇ ਚਲੋ ਬੱਚਿਆਂ ਦੀ ਮੰਨਦੀ ਵੀ ਬਸ਼ੇਰਾ ਹੋਊਗਾ ਹਾਂਜੀ ਹਾਂ ਵੀ ਬਈ ਫਿਰ ਉਹੀ ਗੱਲ ਜਵਾਕਾਂ ਦੀ ਜ਼ੁਬਾਨ ਤੇ ਬੁਲੇਟ ਛੜਾਤੇ ਵੈਗ ਰੂਨੇ ਹਨ ਹਾਂਜੀ ਹਾਂਜੀ ਤੇ ਬਾਕੀ ਦੋਸਤੋ ਮੈਂ ਤੁਹਾਨੂੰ ਜਵੇਂ ਕੰਨਾ ਕੁੰਨਾ ਦੀ ਸ਼ਿਕੀਨੀ ਦੇਖੀਏ ਇੱਕ ਬਈ ਜਦੋਂ ਕਲਿੱਪਾਂ ਕੱਢੀਆਂ ਹਾਂਜੀ ਇੱਕ ਅਜੇ ਕੁਸ਼ਤਾਂ ਗੁੰਮਸ ਜੀ ਹੋਗੀ ਹਾਂਜੀ ਤੇ ਗੁੰਮਸ ਕਰਕੇ ਜਦੋਂ ਪਸੀਨਾ ਆਇਆ ਤੇ ਬਈ ਨਰਾ ਗਲਾਬੀ ਗਲੱਬੇ ਹੋ ਦਿਖਦਾ ਹਾਂਜੀ ਗਲਾਬੀ ਬਣ ਬਹੁਤ ਹੈ ਜੀ ਹੂੰ ਤੇ ਉੱਥੇ ਬੱਚੇ ਦਾ ਪਤਾ ਲੱਗ ਜਾਂਦਾ ਦੋਸਤੋ ਜਦੋਂ ਜਾਂ ਤਾਂ ਨਮਾਉਣੇ ਆ ਜਾਂ ਜਦੋਂ ਘੂੜਾ ਪਸੀਨੇ ਚ ਹੋਵੇ ਤੇ ਉਦੋਂ ਉਹ ਕਿਤੇ ਨਾ ਕਿਤੇ ਦਾਗ ਬਰੀਕ ਜੇ ਸਰੋਂ ਦੇ ਦਾਣੇ ਜਿੰਨਾ ਦਾਗ ਵੀ ਹ ਤਾਂ ਉਹ ਵੀ ਦਿਖ ਜਾਂਦਾ ਦਿਖਾਈ ਪੈ ਜਾਂਦਾ ਨੁਕਰੇ ਚ ਹਾਂ ਜੀ ਹਾਸ ਕਰਕੇ ਪਰ ਬਈਦ ਤੇ ਨਹੀਂ ਕਿਤੇ ਵੀ ਦਾਗ ਬਈ ਬਿਲਕੁਲ ਸਪੌਟਲੈਸ ਆਈ ਹਮ ਨੈਚੁਰਲ ਸਪੌਟਲੈਸ ਆਈ ਹਮ ਕਿ ਕਈ ਵਾਰੀ ਆਪਣੇ ਕੋਲ ਕੂੜਿਆਂ ਦੇ ਬਈ ਅੱਖਾਂ ਅੱਖਾਂ ਦੇ ਹੁੰਦੇ ਤੇ ਉਹ ਮੇ ਬਿਲਕੁਲ ਕਿਤੇ ਵੀ ਇੱਕ ਦਾਣਾ ਵੀ ਕਿਤੇ ਵੀ ਇੱਕ ਵਾਲ ਵੀ ਕਾਲਾ ਨਹੀਂ ਹੈਗਾ ਹਮ ਬਾਕੀ ਬਈ ਕੰਨਾਂ ਦੀ ਬਿਊਟੀ ਦੋਸਤੋ ਤੁਸੀਂ ਦੇਖੋ ਕੰਨ ਦੇਖੋ ਤੇ ਕਿੱਡੇ ਚੰਗੇ ਆ ਤੇ ਬਈ ਸੁੰਬਾ ਸੁੰਬਾ ਪੱਖੂ ਵੀ ਬਹੁਤ ਮਜ਼ਬੂਤ ਆ ਜੀ ਹਾਂ ਸੁੰਬਾ ਪੱਖ ਬਹੁਤ ਮਜ਼ਬੂਤ ਆ ਜੀ ਬਾਕੀ ਹੋਰ ਪਿੱਠ ਪੂੜਾ ਗਰਦਨ ਸਾਰਾ ਕੁਝ ਬਹੁਤ ਵਧੀਆ ਜੀ ਗਰਦਨ ਗਰਦਨ ਲੰਮੀ ਗਰਦਨ ਬਈ ਜਿਹੜੀਆਂ ਕੁਆਲਿਟੀਆਂ ਬਈ ਇੱਕ ਬੱਚੇ ਚ ਚਾਹੀਦੀਆਂ ਹੁੰਦੀਆਂ ਨੇ ਮੂੰਹ ਵੱਲ ਮਾ ਗਰਦਨ ਦਾ ਲੰਮਾ ਹੋਵੇ ਬੱਚਾ ਹਨਾ ਬੇਲ ਬੂਟੀ ਚੰਗੀ ਹੋਵੇ ਬਈ ਉਹ ਸਾਰੇ ਪੱਖੋਂ ਓਕੇ ਤਿਆਰ ਆ ਪੂਰਾ ਫੁੱਲ ਪਿੱਠ ਪੂੜੇ ਕੰਨੋਂ ਦੇਖ ਲਗੇ ਬਈ ਸੁੰਬਾ ਤੋਂ ਲੈ ਕੇ ਸਿਰ ਤੱਕ ਓਕੇ ਰਪੂਟ ਹਾਂਜੀ ਓਕੇ ਜੀ ਬਹੁਤ ਹੂੰ ਬਾਕੀ ਬਈ ਸੇਵਾ ਤੇ ਵੀ ਬਹੁਤ ਨਿਰਭਰ ਹੁੰਦਾ ਤੇ ਸੇਵਾ ਮੈਨੂੰ ਲੱਗਦਾ ਬਈ ਤੁਹਾਡੀ ਬਹੁਤ ਆ ਹਾਂਜੀ ਸੇਵਾ ਨਾਲ ਜੀ ਮੰਨ ਲਾ ਵੀ ਸੈਰ ਵੀ ਬਹੁਤ ਜਰੂਰ ਕਰਾਉਣੀ ਹੈ ਜੀ ਅਸੀਂ ਹਾਂ ਤਿੰਨ ਤਿੰਨ ਕਿਲੋਮੀਟਰ ਡੇਲੀ ਤੋਲ ਕੇ ਲੈਣੇ ਹੁੰਦੇ ਨੇ ਅਸੀਂ ਹੂੰ ਸੋ ਬਈ ਤਿੰਨ ਕਿਲੋਮੀਟਰ ਡੇਲੀ ਦਾ ਤੋਰ ਨਹੀਂ ਤੋਰਨਾ ਹਾਂਜੀ ਤੋਰਨੇ ਤੋਰਨਾ ਜੀ ਹੂੰ ਤੇ ਬਾਕੀ ਬਈ ਸਵਾਰੀ ਸਬੂਰੀ ਦਾ ਹਲੇ ਛੋੜਾ ਕਰਨੇ ਲੱਗੇ ਨਹੀਂ ਸਵਾਰੀ ਨਹੀਂ ਕਰਨ ਲੱਗੇ ਜੀ ਹੂੰ ਤੇ ਪੌਰੀਆਂ ਪੂਰੀਆਂ ਕਿੰਨੀ ਉਹ ਵੀ ਚੰਗਾ ਬਈ ਹਾਂਜੀ ਪੌਰੀਆਂ ਬਿਲਕੁਲ ਸਾਫ਼ ਆ ਜੀ ਨਾ ਤੇ ਹੋਈ ਕਾਲੀ ਮੱਥੇ ਵਾਲੀ ਸਿੰਗਲ ਭੌਰੀ ਹੈ ਜੀ ਠੀਕ ਹੈ ਹਾਂਜੀ ਹੂੰ ਤੇ ਛੱਡਣ ਲੱਗੇ ਨੂੰ ਕਿੰਨੇ ਦਾ ਨੂੰ ਬਾਈ ਜੀ ਸਾਡੇ ਬਸ ਤਿੰਨ ਤਿੰਨ ਚਾਰ ਘੋੜੀਆਂ ਤੇ ਸਾਡੇ ਆਈ ਉਹਦੇ ਵਿੱਚੋਂ ਤਿੰਨ ਘੋੜੀਆਂ ਤਾਂ ਚੈੱਕ ਪਾਸ ਹੋ ਗਈਆਂ ਜੀ ਹੂੰ ਇੱਕ ਘੋੜੀ ਚੈੱਕ ਪਾਸ ਹੋਣੀ ਰਹਿੰਦੀ ਉਹਨੂੰ ਦਿਨ ਥੋੜੇ ਹੋਏ ਜੀ ਹਜੇ ਠੀਕ ਹੈ ਬਾਈ ਹਾਂਜੀ ਹਲੇ ਮੰਨ ਕੇ ਚੱਲੋ ਤੂੰ ਥੋੜੀਆਂ ਘੋੜੀਆਂ ਦੀ ਹੁਣੇ ਹੁਣੇ ਪਿੱਛੇ ਕਿਤੇ ਮਹੀਨੇ ਦੋ ਮਹੀਨੇ ਦੀ ਛੱਡਣ ਲੱਗੂ ਹਾਂਜੀ ਬਸ ਪਹਿਲੀ ਘੋੜੀ ਨੂੰ ਹੋ ਗਈ 4.5 ਮਹੀਨੇ ਜੀ ਹੂੰ ਤੇ ਦੋ ਕੋਸ ਤੋਂ ਬਾਅਦ ਕਰਾਈ ਮੈਨੂੰ ਵੀ ਆਪ ਨੂੰ ਐ ਹੁੰਦਾ ਵੀ ਰਿਜ਼ਲਟ ਚਲੋ ਟਾਈਮ ਨਾਲ ਆ ਜਾਣਗੇ ਤੇ ਅੱਜ ਤੋਂ ਬਾਅਦ ਮੰਨ ਕੇ ਚਲੋ ਫੋਲੇ ਦਾ ਸਟੱਡ ਓਪਨ ਕਰਦੇ ਹਾਂ ਹਾਂਜੀ ਅੱਜ ਤੋਂ ਆ ਸਟੱਡ ਓਪਨ ਹੈ ਜੀ ਠੀਕ ਹੈ ਬਈ ਚਲੋ ਬਈ ਆ ਵੀ ਬੜੀ ਖੁਸ਼ੀ ਹੋਈ ਦੇਖ ਕੇ ਇੱਕ ਦੋਸਤੋ ਦਿਲ ਨੂੰ ਉਦੋਂ ਬੜਾ ਮਤਲਬ ਚਾ ਚੜਦਾ ਜਦੋਂ ਇੱਕ ਆਮ ਆਪਣੇ ਵਰਗੇ ਭਰਾਵਾਂ ਦੇ ਜਿਨ੍ਹਾਂ ਨੂੰ ਕਿਤੇ ਕੋਈ 2 ਸਾਲ 4 ਸਾਲ ਹੋਏ ਆ ਹਨ ਘੋੜੇ ਜਾਨਵਰ ਰੱਖਣ ਲੱਗੇ ਨੂੰ ਤੇ ਉਹਨਾਂ ਦੇ ਘਰੇ ਜਦੋਂ ਇਹ ਜੇ ਸੋਨੇ ਬੂਟੇ ਲੱਗ ਜਾਂਦੇ ਜਾਨਵਰਾਂ ਦੇ ਤੇ ਇੱਕ ਜਿਵੇਂ ਹੁਣ 22 ਦੇ ਵੀ ਸੁਖਵੀਰ ਦੇ ਘਰੇ ਇੱਕ ਬਹੁਤ ਚੰਗਾ ਜਨਮਰ ਤਿਆਰ ਹੋ ਗਿਆ ਆਉਣ ਵਾਲੇ ਸਮੇਂ 'ਚ ਇਹਨੇ ਨਾਂ ਬਣਾਉਣੀ ਬਣਾਉਣਾ ਕਦੋਂ ਹੀ ਬਣਾਵੇ ਤੇ ਉਹਦਾ ਇੱਕ ਬੜਾ ਉਹ ਜਿਹੇ ਬੱਚੇ ਦਿਖਾ ਕੇ ਟੋਡੇ ਮੂਰੇ ਸਾਂਝੇ ਕਰਕੇ ਬੜਾ ਸ਼ੌਂਕ ਮਤਲਬ ਆਪਦੇ ਦਿਲ ਨੂੰ ਵੀ ਸ਼ੌਂਕ ਜਾਗਦਾ ਤੇ ਖੁਸ਼ ਵੀ ਹੁੰਦੀ ਆ ਬੈਰੂ ਤੇ ਵੱਡੇ ਭਾਈ ਨੂੰ ਸ਼ੋਹ ਸ਼ੋਹ ਚ ਪਾਇਆ ਕਿਸੇ ਚ ਬਾਈ ਸੋਚ ਪਾਇਆ ਜੀ ਅਕਸਰ ਵੀ ਪਾਇਆ ਸੀਗਾ ਅੱਛਾ ਬਾਈ ਹਾਂਜੀ ਸ਼ੋਹਾਂ ਦੇ ਵਿੱਚ ਗਏ ਆ ਉੱਥੇ ਵੀ ਨੰਬਰਾਂ ਦੇ ਵਿੱਚ ਵਧੀਆ ਚੌਥੀ ਵਜੇ ਸੰਤਿਆਪਨ ਆਇਆ ਜੀ ਠੀਕ ਆ ਬਾਈ ਸ਼ੋਹਾਂ ਤੇ ਨੰਬਰਾਂ 'ਚ ਆਉਂਦਾ ਰਿਹਾ ਹਾਂਜੀ ਚੌਥੀ ਵਜੇ ਸੰਤਿ ਆਉਂਦਾ ਰਿਹਾ ਜੀ ਇੱਕ ਵੱਡੀ ਗੱਲ ਇਹ ਵੀ ਆ ਕਿਉਂਕਿ ਬਾਈ ਜਿੱਥੇ ਵੱਡੇ ਕਿੱल्ल्या ਦੇ ਆ ਜਾਂਦੇ ਆ ਜਾਣ ਹਾਂਜੀ ਹਨਾ ਤਾਂ ਉੱਥੇ ਕੋ ਕੰਪੀਟੀਸ਼ਨ ਲੜਨਾ ਬਹੁਤ ਔਖਾ ਹੋ ਜਾਂਦਾ ਹਾਂਜੀ ਇਹ ਤਾਂ ਹੈ ਜੀ ਹਾਂਜੀ ਪਹਿਲੀ ਵਾਰ ਅਸੀਂ ਸ਼ੋਹ ਦੇ ਵਿੱਚ ਗਏ ਸੀ ਆਪਾਂ ਨੂੰ ਇੱਕ ਤਾਂ ਨਵੇਂ ਸੀਗੇ ਤਜਰਬਾ ਹੈ ਨਹੀਂ ਸੀਗਾ ਆਪਾਂ ਨੂੰ ਇਸ ਕਰਕੇ ਵੀ ਆਪਾਂ ਪਹਿਲੀ ਵਾਰ ਗਏ ਸੀ ਫਿਰ ਵੀ ਆਪਣਾ ਬਹੁਤ ਵਧੀਆ ਪੋਜੀਸ਼ਨ ਦੇ ਵਿੱਚ ਆਇਆ ਜੀ ਇੱਕ ਵੀ ਮਤਲਬ ਦੋਸਤੋ ਉਹੀ ਗੱਲ ਵੀ ਬਿਨਾ ਤਜਰਬੇ ਤੋਂ ਵੀ ਕੁਝ ਤਜਰਬਾ ਵੀ ਬਹੁਤ ਵੱਡੀ ਹੁਣ ਜਿਹੜੇ ਬੰਦੇ ਨੇ ਪਹਿਲੀ 15 ਸ਼ੋਹ ਲੜ ਚੁੱਕਿਆ ਹਾਂਜੀ ਹੋਰ ਬੱਚੇ ਦਿਖਾ ਚੁੱਕੇ ਸ਼ੋਹਾਂ 'ਚ ਉਹਨੂੰ ਤਜਰਬਾ ਹੋ ਗਿਆ ਵੀ ਆਤੀ ਜੀ ਛੋਟ ਆਪਾਂ ਬਤੇ ਦੀ ਆ ਜੀ ਜਾਗਾਂ ਕਰ ਗਏ ਹਨ ਹਾਂਜੀ ਕਿਉਂਕਿ ਕੁਝ ਪੁਆਇੰਟ ਤਾਂ ਆਪਣੇ ਉਹੀ ਕੱਟੇ ਜਾਂਦੇ ਆ ਆਪਾਂ ਜਿਹੜੀਆਂ ਕੋਈ ਮੜੀਆਂ ਔਟੀਆਂ ਮਿਸਟੇਕਾਂ ਕਰ ਦਿੰਨੇ ਆ ਹਾਂਜੀ ਉਹਦੇ ਵਿੱਚ ਕੁਝ ਹਰਕਤਾਂ ਕਰ ਗਿਆ ਨਵੇਂ ਅਸੀਂ ਵੀ ਨਵੇਂ ਸੀਗੇ ਇਹ ਵੀ ਨੀਵਾਰ ਕੱਢਿਆ ਸੀਗਾ ਇਹ ਕਰਕੇ ਕੁਝ ਹਰਕਤਾਂ ਕਰ ਗਿਆ ਜੀ ਹੂੰ ਉਸ ਕਰਕੇ ਥੋੜਾ ਜਿਹਾ ਫਰਕ ਪਿਆ ਜੀ ਹਾਂ ਹਾਂ ਤੇ ਫਿਰ ਵੀ ਬਈ ਪੋਜੀਸ਼ਨ ਚ ਆਉਣਾ ਇੱਕ ਬਹੁਤ ਵੱਡੀ ਗੱਲ ਹੈ ਹਾਂਜੀ ਹੂੰ ਉਹ ਵੀ ਚੌਥੇ ਪੰਨਵੇਂ ਨੰਬਰ ਤੇ ਲਾਉਣਾ ਕਬੱਡੀ ਬਹੁਤ ਵੱਡੀ ਗੱਲ ਹੈ ਬਾਈ ਤੇ ਬਡੇ ਭਾਈ ਫੀਸ ਪਰ ਹੁਣ ਕਿੰਨੀ ਰੱਖਣੀ ਹੈ ਜੀ ਬਾਈ ਫੀਸ ਆਪਾਂ 16000 ਰੱਖੀ ਹੈ ਜੀ ਠੀਕ ਹੈ 16000 ਰੁਪਏ ਫੀਸ ਤੇ ਸਾਰੇ ਪ੍ਰੋਗਰਾਮ ਲਈ ਓਪਨ ਹਾਂਜੀ ਹੂੰ ਤੇ ਵੱਡੇ ਭਾਈ ਅ ਚਲੋ ਰਿਜ਼ਲਟ ਤਾਂ ਅੱਗੇ ਆਉਣ ਵਾਲੇ ਸਮੇਂ 'ਚ ਦੇਖਣਗੇ ਕਿਉਂਕਿ ਰਿਜ਼ਲਟ ਵੀ ਚੰਗੀ ਆਉਣੇ ਆ ਦੋਸਤੋ ਕਿਉਂਕਿ ਤੇ ਚਾਪ ਦੇ 'ਚ ਬੜੀ ਬਿਊਟੀ ਆ ਹਨ ਹਾਂਜੀ ਆਪ ਬਹੁਤ ਸੁਨੱਖਾ ਤੇ ਵੱਡੀ ਗੱਲ ਭਾਈ ਹਾਈਟ ਫਿਰ ਕਿੰਨੀ ਲੱਗਿਆ ਬਾਈ 6 ਫਟ ਪੈਂਟ ਪਲੱਸ ਆਈ ਹੂੰ ਹਾਈਟ ਪ੍ਰੋਪਰ ਹਾਈਟ ਬਲੈਂਸ ਆ ਜੀ ਹੂੰ ਹਲੇ ਤਾਂ ਹੋਰ ਖਿੱਚ ਲੂ ਬਾਈ ਹਾਂਜੀ ਹੈਟ ਕਰੂਗਾ ਜੀ ਅਜੇ ਹੋਏ ਕੁਛ ਨਹੀਂ ਜੀ ਉਮਰ ਥੋੜੀ ਆ ਜੀ ਹੂੰ ਉਮਰ ਬਹੁਤ ਆਟਾ ਹਾਂਜੀ ਤੇ ਨਾਲ ਨਾਲ ਬਾਈ ਫਿਰ ਹੋਰ ਵੀ ਰੱਖੇ ਨੇ ਜਾਨਵਰ ਸੇਲ ਪਰਚੇਜ ਦਾ ਕੋਈ ਕਰ ਦੋ ਕਿ ਕੱਲਾ ਬਸ ਵੈਸੇ ਸ਼ੌਂਕੀਏ ਦੋਸਤ ਨਹੀਂ ਬਸ ਇਹ ਤਾਂ ਸ਼ੌਂਕੀਏ ਤੌਰ ਤੇ ਰੱਖਿਆ ਸੀਗਾ ਜੀ ਆਪਣੇ ਘਰੇ ਠੀਕ ਆ ਬਾਈ ਹੂੰ ਦੂਜੇ ਘੋੜੀਆਂ ਘੋੜੀਆਂ ਦਾ ਮੈਂ ਸੇਲ ਪਰਚੇਜ ਦਾ ਕਰ ਲੈਣਾ ਮਾੜਾ ਹਾਂ ਮਾੜਾ ਮੋਟਾ ਕਰ ਲਈਦਾ ਜੀ ਠੀਕ ਆ ਬਾਈ ਉਹ ਕਰ ਲੈਣੇ ਹਾਂਜੀ ਹੂੰ ਜੇ ਵੱਡੇ ਭਾਈ ਆਪਾ ਮੜਿਆ ਮਿੱਤਰ ਨੂੰ ਐਡਰੈਸ ਦਾ ਪ੍ਰੋਪਰ ਚਾਨਣਾ ਪਾ ਗੀ ਵੀ ਕਿਹੜੀ ਆਪਣਾ ਪਿੰਡ ਮੰਨ ਲਓ ਲੋਕੇਸ਼ਨ ਘਰ ਦੀ ਕਿੱਥੇ ਕਿਤੇ ਆ ਹਾਂਜੀ ਭਾਈ ਜੀ ਆਪਣਾ ਪਿੰਡ ਗੁਰੂਸਰ ਜਗਾ ਜੀ ਹੂੰ ਤਲਵੰਡੀ ਸਾਬ ਤੋਂ 4 ਕਿਲੋਮੀਟਰ ਆਈ ਆਪਣਾ ਹਾਂਜੀ ਭਾਈ ਜੀ ਇਧਰ ਜਦਵਿੰਦਰਾ ਕਾਲਜ ਕੋਲ ਰਾਮਾ ਰੋਡ ਤੋਂ ਆਉਂਦੀ ਆਪਣੀ ਲਿੰਕ ਰੋਡ ਜੀ ਤੇ ਉਦੋਂ ਫਤੇਗੜ ਨਵਾਂ ਨਵਾਂ ਪਿੰਡ ਕਹਿੰਦੇ ਜਿਹਨੂੰ ਨਵਾਂ ਪਿੰਡ ਹਾਂਜੀ ਉਥੋਂ ਰੋਡ ਆਉਂਦੀ ਹੈ ਗੁਰੂਸਰ ਜਗਾ ਜੀ ਠੀਕ ਆ ਭਾਈ ਹਾਂਜੀ ਗੁਰੂਸਰ ਜਗਾ ਇੱਥੇ ਦੋਸਤੋ ਡਰੋਨ ਵਾਲੇ ਕਲਿੱਪ ਵੀ ਮੈਂ ਲਾ ਦਿੱਨਾ ਤੁਸੀਂ ਚੈੱਕ ਕਰ ਲਿਓ ਬਾਕੀ ਬੇਸ਼ੇਰਾ ਤੁਸੀਂ ਦੇਖ ਹੀ ਲਿਆ ਹਨ ਤੇ ਸਾਰੇ ਭਰਾਵਾਂ ਨੇ ਕਮੈਂਟਾਂ ਚ ਬਾਈ ਦਾ ਹੌਂਸਲਾ ਵਜਾਈ ਜਰੂਰ ਕਰਨੀ ਆ ਕਿਉਂਕਿ ਬਾਈ ਇੱਕ ਮਤਲਬ ਸੱਚੇ ਸੁੱਚੇ ਦਿਲ ਵਾਲਾ ਬੰਦਾ ਹੈਗਾ ਤੇ ਇੱਕ ਆਮ ਆਪਣੇ ਪਰਿਵਾਰ ਨਾਰਮਲ ਪਰਿਵਾਰਾਂ ਚੋਂ ਆਂਦਾ ਤੇ ਬਾਈ ਅੱਜ ਸੁਖ ਨਾਲ ਬਾਈ ਬਹੁਤ ਭਰਾ ਆਪਣੇ ਆਏ ਹੋਏ ਆ ਇੱਕ ਵਿਆਹ ਵਾਂਗੂ ਇਕੱਠ ਹੋਇਆ ਪਿਆ ਹਨਾ ਹਾਂਜੀ ਤੇ ਬਾਈ ਨੇ ਵੈਸੇ ਦੋਸਤੋ ਸੇਵਾ ਵੀ ਬਹੁਤ ਵਧੀਆ ਕੀਤੀ ਤੇ ਖੇਤਲਾ ਬਾਈ ਨੇ ਬਹੁਤ ਕਰੀ ਅੱਜ ਤੇ ਵੱਡੇ ਭਾਈ ਸਾਰੇ ਭਰਾਵਾਂ ਨਾਲ ਆਪਾਂ ਥੋੜੀ ਥੋੜੀ ਜਾਣ ਪਛਾਣ ਤਾਂ ਕਰਾ ਕੇ ਆਪਣੇ ਦੋਸਤਾਂ ਦੀ ਹਾਂਜੀ ਹਾਂਜੀ ਬਈ ਇਧਰ ਆਪਣੇ ਸਾਰਾ ਸਾਹਿਬ ਆਈ ਠੀਕ ਹੈ ਜੀ ਅੱਗੇ ਡਾਕਟਰ ਹਮਸ਼ੇਰ ਸਿੰਘ ਜੀ ਬਰਾੜ ਬਲੱਡ ਮੈਮਾ ਜੀ ਠੀਕ ਹੈ ਜੀ ਬਲੱਡ ਮੈਮਾ ਹਾਂਜੀ ਠੀਕ ਹੈ ਬਈ ਆਪਣੇ ਕੋਲ ਸਟੇਬਲ ਤੇ ਇਹ ਆਉਂਦੇ ਜੀ ਹੂੰ ਮਤਲਬ ਘੋੜੀਆਂ ਚੈੱਕ ਵਗੈਰਾ ਹਾਂਜੀ ਘੋੜੀਆਂ ਚੈੱਕ ਵਗਰ ਕਰਾਉਣੀਆਂ ਸਾਰੀ ਸਹੂਲਤ ਹੈ ਆਪਣੇ ਕੋਲੇ ਡਾਕਟਰ ਸਾਹਿਬ ਆਉਂਦੇ ਆਪਣੇ ਕੋਲ ਠੀਕ ਹੈ ਜੀ ਹਾਂਜੀ ਤੇ ਅੱਗੇ ਮਨਪ੍ਰੀਤ ਸਿੰਘ ਖੇਮੂਆ ਜੀ ਠੀਕ ਹੈ ਜੀ ਇਹਨਾਂ ਤੋਂ ਆਪਾਂ ਕੁੜੀ ਆਪਨ ਨੂੰ ਇਹ ਗਿਫਟ ਕਰੀ ਸੀ ਇਹਨਾਂ ਨੇ ਜੀ ਹੂੰ ਮਤਲਬ ਜਦੋਂ ਆਪਣੇ ਘਰੇ ਪਹਿਲੀ ਕੁੜੀ ਆਈ ਹਾਂ ਹਾਂ ਪਹਿਲੀ ਕੁੜੀ ਆਈ ਹੈ ਹਾਂਜੀ ਮਨਪ੍ਰੀਤ ਸਿੰਘ ਖੇਮੋ ਵਾਲਾ ਇਹਨਾਂ ਨੇ ਕੁੜੀ ਆਪਨ ਨੂੰ ਦਿੱਤੀ ਸੀ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹੂੰ ਬਾਕੀ ਉਧਰ ਅੱਗੇ ਜੀ ਅੱਗੇ ਮੇਰਾ ਤਾਇਆ ਜੀ ਹੈ ਜੀ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਠੀਕ ਹੈ ਜੀ ਤੇ ਅੱਗੇ ਭਤੀਜਾ ਜੀ ਮੇਰਾ ਸੁਖਦੀਪ ਸਿੰਘ ਐਡਵੋਕੇਟ ਸੁਖਦੀਪ ਸਿੰਘ ਜੀ ਠੀਕ ਹੈ ਜੀ ਐਡਵੋਕੇਟ ਆ ਠੀਕ ਹੈ ਜੀ ਹਾਂਜੀ ਹੂੰ ਅੱਗੇ ਮੇਰਾ ਬ੍ਰਦਰ ਆ ਗਿਆ ਜੀ ਤਾਇਆ ਜੀ ਦਾ ਬੇਟਾ ਹੈ ਗੁਰਦੀਪ ਸਿੰਘ ਢਿੱਲੋਂ ਠੀਕ ਹੈ ਜੀ ਹਾਂਜੀ ਅੱਗੇ ਗੁਰਿਆ ਨੂੰ ਬੜਾ ਚਾਹ ਜੀ ਅੱਜ ਵੀਡੀਓ ਦਾ ਹਾਂ ਤੇ ਅੱਗੇ ਤਾਇ ਜੀ ਦਾ ਬੇਟਾ ਜੀ ਮੇਰਾ ਗੁਰਸੇਵ ਸਿੰਘ ਠੀਕ ਹੈ ਜੀ ਤੇ ਇਧਰ ਬਾਪੂ ਜੀ ਇਧਰ ਅੰਕਲ ਜੀ ਹਾਂ ਜੀ ਬਾਉ ਸਿੰਘ ਜੀ ਇਨਸਪੈਕਟਰ ਠੀਕ ਹੈ ਜੀ ਤੇ ਨਾਲ ਬਾਈ ਜੀ ਅੱਗੇ ਬਾਈ ਜੀ ਜਕਸੀਰ ਸਿੰਘ ਜੀ ਢਿੱਲੋਂ ਮਲੋਕਾ ਚ ਠੀਕ ਹੈ ਜੀ ਮੋਕਾ ਸਾਹਿਬ ਜੀ ਠੀਕ ਹੈ ਜੀ ਤਾਇਆ ਜੀ ਆ ਜੀ ਕੌਰ ਸਿੰਘ ਢਿੱਲੋਂ ਠੀਕ ਹੈ ਜੀ ਅੱਗੇ ਬਾਈ ਕਾਲਾ ਹਾਂ ਜੀ ਦੋਸਤ ਆਪਣਾ ਮੁੰਡਾ ਕਿ ਮੋਣਾਂ ਦੀ ਹੂੰ ਠੀਕ ਹੈ ਜੀ ਬਾਕੀ ਇੰਦਰ ਮਿੱਤਰ ਪਿਆਰੇ ਸਾਰੇ ਬੈਠੇ ਬਾਕੀ ਆਪਣੇ ਸਾਰੇ ਬੈਠੇ ਸਾਰੇ ਜੀ ਕਿਉਂਕਿ ਦੋਸਤੋ ਇਹ ਵੀ ਜਾਣ ਪਛਾਣ ਵੀ ਬਹੁਤ ਲੰਮੀ ਪਾਕੀ ਇੱਕ ਸਾਰੇ ਮਿੱਤਰ ਪਿਆਰਿਆਂ ਨੂੰ ਬੜਾ ਚਾਗ ਆ ਅੱਜ ਬਾਈ ਦੇ ਖੁਸ਼ੀ ਦਾ ਮੌਕਾ ਸੀਗਾ ਹਣਾ ਤੇ ਸੁਖਵੀਰ ਬਾਈ ਇੱਕ ਮੈਨੂੰ ਐਵੇਂ ਵੀ ਦੱਸੋ ਵੀ ਸਟੇਬਲ ਵਗੈਰਾ ਦਾ ਆਪਣੇ ਕੋਲ ਪ੍ਰੋਪਰ ਪ੍ਰਬੰਧ ਹੈਗਾ ਜੇ ਕਈ ਵਾਰ ਇੱਕ ਕਈ ਭਰਾਵਾਂ ਦਾ ਐ ਹੁੰਦਾ ਵੀ ਅਸੀਂ ਘੂੜੀ ਆ ਜਿਹੜੀ ਉਹ ਚੈੱਕ ਪਾਸ ਕਰਾ ਕੇ ਲੈਣੀ ਆ ਹਾਂਜੀ ਬਾਈ ਜੀ ਆਪਣੇ ਕੋਲ ਪੂਰਾ ਪ੍ਰਬੰਧ ਹੈ ਜੀ ਠੀਕ ਹੈ ਬਾਈ ਕੋਈ ਬੱਚੇ ਵਾਲੀ ਘੋੜੀ ਆਉਂਦੀ ਆ ਉਹਦੇ ਵਾਸਤੇ ਵੀ ਪ੍ਰਬੰਧ ਹੈਗਾ ਹੂੰ ਚੈੱਕ ਪਾਸ ਕਰਾ ਕੇ ਜਾਣੀ ਆ ਉਹ ਵੀ ਪ੍ਰਬੰਧ ਆਪਣੇ ਕੋਲੇ ਹੈਗੇ ਹੂੰ ਪੂਰੀ ਸਾਮ ਸੰਭਾਲ ਹੋਊ ਕੋਈ ਇਹੋ ਜੀ ਗੱਲ ਨਹੀਂ ਹੋਊ ਵੀ ਉਹਨਾਂ ਨੂੰ ਵੱਖ ਪਊਗਾ ਕੁਝ ਹੂੰ ਵੀ ਆਪਣੇ ਜਾਨਵਰਾਂ ਨੂੰ ਵੱਖ ਪਊਗਾ ਦੂਸਰੇ ਨੂੰ ਵੱਖ ਪਊਗਾ ਮਤਲਬ ਉਹ ਸਰੀਕਾ ਨਹੀਂ ਕਰਿਆ ਜਾਊਗਾ ਨਹੀਂ ਨਹੀਂ ਜੀ ਇੱਕ ਸਮਾਨ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਜਾਊਗਾ ਉਹੀ ਦਾਣਾ ਉਹਨਾਂ ਨੂੰ ਪਊਗਾ ਜੀ ਹੂੰ ਠੀਕ ਹੈ ਭਾਈ ਮਤਲਬ ਸੰਭਾਲ ਆਪਦੇ ਘਰ ਦੇ ਜਾਨਵਰਾਂ ਵਾਂਗੂ ਕਰੋਗੇ ਹਾਂਜੀ ਘਰ ਦੇ ਜਾਨਵਰਾਂ ਵਾਂਗੂ ਸੰਭਾਲੋ ਜੀ ਉਹਦਾ ਵੀ ਖਰਚਾ ਪੱਠਾ ਲੱਗ ਤੋਂ ਚਲੋ ਜੇ ਕੋਈ ਵੱਧ ਟਾਈਮ ਉਹ ਹੋ ਜਾਂਦੀ ਸਟਿੰਗ ਜੀ ਕੋਈ ਮਾੜੀ ਮੁੱਟੀ ਕੋਈ ਕੁਛ ਦਿਨਾਂ ਤਾਂ ਕੋਈ ਚੱਕਰ ਨਹੀਂ ਦੇਖੋ ਜੀ ਕੋਈ ਦੋ ਚਾਰ ਦਿਨਾਂ ਦਾ ਤਾਂ ਕੋਈ ਨਹੀਂ ਹੁਕਮ ਕਰਦਾ ਜੀ ਸਹੀ ਗੱਲ ਆ ਤੇ ਬਾਕੀ ਚਲੋ ਆਪਣੇ ਕੋਲ ਡਾਕਟਰ ਸਾਹਿਬ ਦੀ ਸੁਵਿਧਾ ਹੈਗੀ ਹੈ ਜੀ ਡਾਕਟਰ ਸਾਹਿਬ ਆਪਣੀ ਇਹ ਹੁੰਦੇ ਨਹੀਂ ਜੀ ਹਾਂ ਡਾਕਟਰ ਸਾਹਿਬ ਇਹ ਹੁੰਦੇ ਨਹੀਂ ਡਾਕਟਰ ਸੰਸੇਰ ਸਿੰਘ ਜੀ ਬਰਾੜ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹੂੰ ਤੇ ਬਾਕੀ ਉਧਰ ਬਈ ਮਨਪ੍ਰੀਤ ਆ ਗਿਆ ਜੀ ਹਾਂਜੀ ਬਈ ਮਨਪ੍ਰੀਤ ਆ ਗਿਆ ਜੀ ਜਿਨ੍ਹਾਂ ਨੇ ਸੁਖ ਨਾਲ ਅੱਜ ਕਾ ਅੱਜ ਦੇ ਟਾਈਮ ਆਪਣੇ ਮਤਲਬ ਉਹ ਕੁੜੀ ਜਿਹੜੀ ਦੀ ਜੜਾ ਆਪਣੇ ਘਰੇ ਆ ਕੇ ਲੱਗਿਆ ਤਾਂ ਤਿੰਨ ਚਾਰ ਬੱਚੇ ਉਹਨੇ ਆਪਣੇ ਘਰੇ ਆ ਕੇ ਦੇਤੇ ਦੇਤੇ ਜੀ ਹਾਂਜੀ ਹਾਂਜੀ ਉਹ ਸਾਰਾ ਕੁਸਰ ਜਿਹੜਾ ਕੀਤਾ ਮਨਪ੍ਰੀਤ ਦੇ ਆਪਾਂ ਉਹ ਕਰਦੇ ਆ ਆਪਾਂ ਕਰਦੇ ਆ ਨਾ ਹਾਂਜੀ ਹਾਂਜੀ ਇਹਨਾਂ ਨੇ ਆਪ ਨੂੰ ਇੰਨਾ ਲਾਇਕ ਕਰਤਾ ਆਪਾਂ ਨੇ ਇੱਕ ਗੁਰੂ ਤੇ ਚੱਲੇ ਲੱਗ ਬਈ ਕੰਮ ਹੋ ਜਾਂਦਾ ਹਾਂਜੀ ਹੈ ਨਾ ਜੀ ਹਾਂਜੀ ਤੇ ਲੋ ਬਈ ਮਨਪ੍ਰੀਤ ਨਾਲ ਵੀ ਮੜੀ ਆਪਾਂ ਕਰ ਲਈਏ ਗੱਲਬਾਤ ਮਨਪ੍ਰੀਤ ਬਾਈ ਤੁਹਾਡਾ ਵੀ ਸਵਾਗਤ ਹੈ ਜੀ ਪਹਿਲਾਂ ਆਪਾਂ ਸასი ਗੱਲ ਬਈ ਜੀ ਸਾਰਿਆਂ ਦਾ ਧੰਨਵਾਦ ਜੀ ਹਾਂਜੀ ਹਾਂਜੀ ਮਨਪ੍ਰੀਤ ਬਾਈ ਕਿੰਨੀ ਖੁਸ਼ੀ ਹੁੰਦੀ ਆ ਵੀ ਹਾਂ ਆਪਣੇ ਕੋਲ ਬਹੁਤ ਜਿਆਦਾ ਚੰਗਾ ਬੱਚਾ ਦਿੱਤਾ ਬਹੁਤ ਜਿਆਦਾ ਖੁਸ਼ੀ ਹੁੰਦੀ ਆ ਜੀ ਹੂੰ ਆਪਣੇ ਭਰਾ ਆਪਣੇ ਬਰਾਬਰ ਨਾਲ ਘੋੜਾ ਤਿਆਰ ਕਰ ਲਿਆ ਜੀ ਹਾਂਜੀ 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 ਤੇ ਆਪਣਾ ਮਨਪ੍ਰੀਤ ਬਾਈ ਕਿਹੜਾ ਪਿੰਡ ਸੀ ਖੇਮੂਣਾ ਜੀ ਖੇਮੂਣਾ ਹਾਂਜੀ ਖੇਮੂਣਾ ਇਧਰ ਮਕਸਰ ਤਰੇ ਨਾ ਜੀ ਬਠਿੰਡਾ ਜੀ ਬਠਿੰਡੇ ਦੇ ਨਾਲ ਆ ਜੀ ਤੇ ਚਲੋ ਬਈ ਬਹੁਤ ਵਧੀਆ ਲੱਗਿਆ ਬਈ ਮਨਪ੍ਰੀਤ ਤੁਹਾਡੇ ਨਾਲ ਵੀ ਤੇ ਸਾਰੇ ਭਰਾਵਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਹਾਂਜੀ ਹਾਂਜੀ ਤੇ ਤੇ ਮਰਪ੍ਰੀਤ ਬਾਈ ਮੜੀ ਜੀ ਡਾਕਟਰ ਸਾਹਿਬ ਨਾਲ ਵੀ ਕਰੀਆ ਪਾ ਗੱਲਬਾਤ ਡਾਕਟਰ ਸਾਹਿਬ ਨੂੰ ਵੀ ਦਿਓ ਜੀ ਮਾਈਕ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਵੀ ਚਲੋ ਤੇ ਸਾਰੇ ਵੀ ਭਗਵੰਤੇ ਸੱਜਣਾ ਨੂੰ ਬਾਈ ਸਖਬੀਰ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਜੀ ਤੇ ਇੱਥੇ ਪਹੁੰਚਣ ਤੇ ਸਾਰਿਆਂ ਦਾ ਨਿਗਾ ਸਵਾਗਤ ਹੈ ਸਖਬੀਰ ਨੇ ਬਹੁਤ ਹੀ ਪੁੱਤਾਂ ਨੂੰ ਜਿਹੜਾ ਇਹ ਘੋੜਾ ਪਾਲਿਆ ਹੂੰ ਤੇ ਸਾਡੀ ਵੀ ਜਿੰਨੀ ਕੁ ਜ਼ਰੂਰਤ ਸੀ ਜਾਂ ਲੋੜ ਪਈ ਉਹਦੇ ਹਿਸਾਬ ਨਾਲ ਅਸੀਂ ਵੀ ਤਨ ਮਨ ਨਾਲ ਸੇਵਾ ਕੀਤੀ ਹੈ ਹੂੰ ਤੇ ਜਦੋਂ ਵੀ ਬਾਈ ਸੁਖਵੀਰ ਬਲਾਉਣਗੇ ਕੋੜੀਆਂ ਚੈੱਕ ਕਰਨੀਆਂ ਕੁਛ ਵੀ ਹੈ ਤੇ ਮੈਂ ਹਾਜ਼ਰ ਹਾਂ ਤੰਦਲੋਂ ਇਹਨਾਂ ਦੀ ਮਦਦ ਕੀਤੀ ਹੈ ਤੇ ਕਰਦੇ ਰਹਾਂਗੇ ਹਾਂਜੀ ਦੱਸੋ ਬਾਕੀ ਵੱਡੀ ਗੱਲ ਦਾ ਸਭ ਐਵੇਂ ਹੈ ਜੀ ਹੈ ਨਾ ਕਿਉਂਕਿ ਤੁਹਾਡਾ ਆਉਣਾ ਜਾਣਾ ਰਿਹਾ ਜੀ ਹਾਂਜੀ ਤੇ ਤੁਹਾਡਾ ਪਰਸਨਲ opinion ਬੱਚੇ ਦੇ ਬਾਰੇ ਕੀ ਹੈ ਜੀ ਬੱਚਾ ਬਹੁਤ ਸੋਹਣਾ ਤਿਆਰ ਹੋ ਰਿਹਾ ਹੈ ਹਾਂਜੀ ਛੋਟੀ ਉਮਰ ਚ ਹੈ ਚੰਗਾ ਕੋੜਾ ਬਣਨਾ ਸਪੌਟਲੈਸ ਹੈ ਹਾਂ ਬਹਾਰਸੀ ਕੋੜੇ ਦੇਖਦੇ ਆਂ ਛਿਪਕਾ ਬਹੁਤ ਹੁੰਦਾ ਪਰ ਇਸ ਬੱਚੇ ਦੇ ਉੱਤੇ ਤਾਂ ਬਿਲਕੁਲ ਹੀ ਦਾਗ ਵੀ ਹੈ ਨਹੀਂ ਕੋਈ ਕਾਲੇ ਰੰਗ ਦਾ ਹੂੰ ਤੇ ਚੰਗੀ ਹਾਈਟ ਵਾਲਾ ਤੇ ਚੰਗਾ ਜਾਨਵਰ ਇਹ ਤਿਆਰ ਕਰ ਰਹੇ ਨੇ ਬਾਈ ਸੁਖਵੀਰ ਤੇ ਅਸੀਂ ਇਸ ਗੱਲ ਦੀ ਇਹਨਾਂ ਨੂੰ ਵਧਾਈ ਦਿੰਨੇ ਆ ਕਿ ਬਹੁਤ ਹੀ ਤਨਮਨ ਤਨ ਇਹ ਚ ਰਜਾਨਵਰ ਨੂੰ ਤਿਆਰ ਕਰ ਰਹੇ ਨੇ ਹਾਂਜੀ ਚਲੋ ਬਾਕੀ ਡਾਕਟਰ ਸਾਹਿਬ ਤੁਹਾਡਾ ਤਾਂ ਕਿਉਂਕਿ ਹੁਣ ਚਲੋ ਆਪਣੇ ਭਰਾਵਾਂ ਨੇ ਘੋੜੀਆਂ ਵਾਧੂ ਲੈਉਣੀਆਂ ਨੇ ਹਾਂਜੀ 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 ਤੇ ਤੁਹਾਡਾ ਵੀ ਆਉਣਾ ਜਾਣਾ ਰਿਹਾ ਕਰੂਗਾ ਤੇ ਤੁਹਾਨੂੰ ਪਹਿਲਾਂ ਵੀ ਅਕਸਰੀ ਇੰਨਾ ਇੰਨਾ ਮੋ ਹੈ ਵੀ ਜਦੋਂ ਹੀ ਬੁਲਾਇਆ ਦਿਨੇ ਬੁਲਾਇਆ ਰਾਤ ਬੁਲਾਇਆ ਤੇ ਅਸੀਂ ਸੇਵਾ ਕਰਦੇ ਤੇ ਕਰਦੇ ਰਹਿਾਂਗੇ ਠੀਕ ਹੈ ਬਹੁਤ ਵਧੀਆ ਡਾਕਟਰ ਸਾਹਿਬ ਅੱਛਾ ਜੀ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਬਾਕੀ ਬਾਈ ਚਲੋ ਵੈਗਰੂ ਬਾਈ ਐਂ ਚਾਰ ਚੰਦ ਲਾਹੀ ਰੱਖੇ ਤੁਹਾਡੇ ਵੀ ਤੇ ਬਾਈ ਸਖਵੀਰ ਦੇ ਵੀ ਹਨ ਤੇ ਤੁਸੀਂ ਦੋਸਤੋ ਬਾਈ ਦਾ ਘੋੜਾ ਵੇਖ ਹੀ ਲਿਆ ਤੇ ਸਟੱਡ ਓਪਣਾ ਜੇ ਕੋਈ ਭਰਾ ਸਟੱਡ ਸਰਵਿਸ ਲੈਣਾ ਚਾਹੁੰਦਾ ਤਾਂ ਬਾਈ ਸੁਖਵੀਰ ਦਾ ਮੈਂ ਨੰਬਰ ਦੇਣ ਲੱਗੇ ਹਾਂ ਤੁਹਾਨੂੰ ਸਕਰੀਨ ਤੇ ਤੇ ਤੁਸੀਂ ਬਾਈ ਨੂੰ ਘੰਟੀ ਮਾਰ ਕੇ ਗੱਲਬਾਤ ਕਰ ਸਕਦੇ ਹੋ ਫੀਸ ਬਾਈ ਨੇ ਰੱਖੀ ਹੈ ਜੀ 16000 ਰੁਪਿਆ ਤੇ ਲਾਈਨ ਘੋੜੇ ਦੀ ਮਾਂ ਵਾਲੇ ਪਾਸਿਓਂ ਵੀ ਤੇ ਪਿਓ ਵਾਲੇ ਪਾਸੇ ਵੀ ਬਹੁਤ ਚੰਗੀ ਆ ਲਾਈਨਾਂ ਦੋਨੇ ਹੀ ਪੂਰੀਆਂ ਧਾਕੜ ਆ ਗਈਆਂ ਬਾਕੀ ਬੱਚਾ ਦੋਸਤੋ ਸੁਣਨਾ ਤੇ ਸੁਖਵੀਰ ਬਾਈ ਵਰਗੇ ਨਵੇਂ ਭਰਾਵਾਂ ਨੂੰ ਮੌਕਾ ਜ਼ਰੂਰ ਦਿਆ ਕਰੋ ਕਿਉਂਕਿ ਇੱਕ ਰਿਆਲਟਾ ਜਿਹੜੇ ਬੱਚੇ ਦੇ ਮੰਨ ਕੇ ਤਰੂ ਘੋੜੇ ਦੇ ਸੱਤੇ ਹੁੰਦੇ ਹਨ ਨਾ ਘੋੜੇ 'ਚ ਜਿਹੜੀਆਂ ਖੂਬੀਆਂ ਹੈਗੀਆਂ ਨੇ ਉਹ ਬੱਚੇ 'ਚ ਅੱਗੇ ਆਉਣੀਆਂ ਤੇ ਉਹ ਮਤਲਬ ਬੱਚਾ ਇਹ ਸਾਰੇ ਪਾਸੇ ਸਪੂਰਨ ਤੇ ਤੁਸੀਂ ਜ਼ਰੂਰ ਮਦਦ ਕਰਨੀ ਆ ਬਾਈ ਉਹਨਾਂ ਦੀ ਬਾਈ ਉਹਨਾਂ ਨੂੰ ਸਪੋਰਟ ਕਰਨੀ ਆ ਵੀਡੀਓ ਨੂੰ ਅੱਗੇ ਸ਼ੇਅਰ ਮਾਰਿਓ ਦੋਸਤੋ ਸਾਰੇ ਭਰਾਵਾਂ 'ਚ ਘੋੜੇ ਵਾਲਾਂ 'ਚ ਗਰੁੱਪਾਂ 'ਚ ਤੇ ਬਾਕੀ ਸਖਵੀਰ ਬਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਖੁਸ਼ੀ ਹੋਈ ਤੁਹਾਡਾ ਜਾਨਵਰ ਦਿਖਾ ਕੇ ਵੀ ਤੇ ਤੁਹਾਡੇ ਨਾਲ ਮਿਲ ਕੇ ਵੀ ਬਾਕੀ ਸਾਰੇ ਮਿੱਤਰ ਪੈਰਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਦੋਸਤ